ਹਾਂਜੀ ਸਾਲ ਉੱਤੋਂ ਉੱਤੇ ਹੋ ਗਿਆ ਵੀਰ ਜੀ ਸਾਨੂੰ ਹੋ ਗਿਆ ਇਹ ਤਸਵੀਰਾਂ ਦੇਖ ਕੇ ਤੁਹਾਡਾ ਵੀ ਮਨ ਦੁਖੀ ਹੋ ਸਕਦਾ ਹੈ ਕਿਉਂਕਿ ਇੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਰੱਖੇ ਹੋਏ ਨੇ ਜਿਨ੍ਹਾਂ ਦੀ ਰਹਿਤ ਮਰਿਆਦਾ ਅਨੁਸਾਰ ਦੇਖਭਾਲ ਜਾਂ ਸੇਵਾ ਨਹੀਂ ਹੋ ਰਹੀ ਹੈ ਜਿਸ ਨੂੰ ਦੇਖ ਕੇ ਸੰਗਤਾਂ ਦੇ ਵਿੱਚ ਵੀ ਰੋਸ ਭਰਿਆ ਹੋਇਆ ਹੈ। ਦਰਅਸਲ ਇਹ ਤਸਵੀਰਾਂ ਅੰਮ੍ਰਿਤਸਰ ਦੇ ਅਟਾਰੀ ਸ਼ਾਮ ਸਿੰਘ ਦੀਆਂ ਸਮਾਧਾਂ ਦੇ ਨਜ਼ਦੀਕ ਬਣੇ ਡੇਰਾ ਬਾਬਾ ਕਾਬਲ ਦੀਆਂ ਨੇ ਜਿਸ ਡੇਰੇ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਤਾਂ ਕੀਤਾ ਗਿਆ ਪਰ ਬਾਅਦ ਵਿੱਚ ਰਹਿਤ ਮਰਿਆਦਾ ਨਹੀਂ ਰੱਖੀ ਗਈ। ਨਾ ਤਾਂ ਗੁਰੂ ਸਾਹਿਬ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਨਾ ਹੀ ਸੁਖਾਸਨ ਸਾਹਿਬ। ਡੇਰੇ ਦੀ ਸਾਂਭ ਸੰਭਾਲ ਵੀ ਬਾਬਾ ਕਾਬਲ ਸਿੰਘ ਦੇ ਵੱਲੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵੱਲੋਂ ਡੇਰੇ 'ਚ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਪਰ ਜਦੋਂ ਸੰਗਤਾਂ ਨੂੰ ਇਹ ਪਤਾ ਲੱਗਿਆ ਕਿ ਅੰਦਰ ਗੁਰੂ ਸਾਹਿਬ ਦੇ ਪਾਵਨ ਸਰੂਪ ਪਏ ਨੇ ਤੇ ਉਹਨਾਂ ਦੀ ਕੋਈ ਵੀ ਰਹਿਤ ਮਰਿਆਦਾ ਅਨੁਸਾਰ ਸੇਵਾ ਨਹੀਂ ਹੋ ਰਹੀ ਹੈ ਤਾਂ ਉਹਨਾਂ ਦੇ ਵੱਲੋਂ SGPC ਨੂੰ ਸ਼ਿਕਾਇਤ ਦਿੱਤੀ ਗਈ। SGPC ਦੇ ਮੈਂਬਰ ਮੌਕੇ ਤੇ ਪਹੁੰਚੇ ਤੇ ਸੰਗਤਾਂ ਨੇ ਮਿਲ ਕੇ ਪਹਿਲਾਂ ਤਾਂ ਡੇਰੇ ਦੇ ਤਾਲੇ ਤੋੜੇ ਤੇ ਫਿਰ ਅੰਦਰ ਜਾ ਕੇ ਜੋ ਹਾਲ ਦੇਖਿਆ ਪਾਵਨ ਸਰੂਪਾਂ ਦਾ ਤਾਂ ਉਹਨਾਂ ਦਾ ਵੀ ਮਨ ਪਸੀਜ ਗਿਆ। ਸੰਗਤਾਂ ਦੇ ਵਿੱਚ ਵੀ ਰੋਸ ਭਰਿਆ ਹੋਇਆ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਡੇਰੇ ਸੰਚਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਿਨ੍ਹਾਂ ਦੇ ਵੱਲੋਂ ਗੁਰੂ ਸਾਹਿਬ ਦਾ ਪ੍ਰਕਾਸ਼ ਤਾਂ ਕੀਤਾ ਗਿਆ ਪਰ ਬਾਅਦ ਵਿੱਚ ਸੇਵਾ ਨਹੀਂ ਨਿਭਾਈ ਗਈ ਨਾ ਹੀ ਕੋਈ ਰਹਿਤ ਮਰਿਆਦਾ ਰੱਖੀ ਗਈ ਜਿਸ ਕਰਕੇ ਸੰਗਤਾਂ ਦੇ ਵੱਲੋਂ ਜਿੱਥੇ ਉਹਨਾਂ ਦੇ ਮਨ ਦੁਖੀ ਹੋਏ ਨੇ ਤੇ ਉਹਨਾਂ ਦੇ ਵਿੱਚ ਰੋਸ ਵੀ ਨਜ਼ਰ ਆ ਰਿਹਾ ਹੈ। SGPC ਦਾ ਕਹਿਣਾ ਹੈ ਕਿ ਹੁਣ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ।